ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਵੀ ਅੱਜ ਆਪਾਂ ਆਏ ਆ ਲੀਚੀਆਂ ਦੇ ਬਾਗ, ਲੀਚੀਆਂ ਤੋੜਨ ਵਾਸਤੇ, ਬੱਚਿਆਂ ਕੋਲ ਤੁੜਵਾਉਣ ਵਾਸਤੇ, ਕਿਉਂਕਿ ਇਹਨਾਂ ਦੇ ਲੱਗੇ ਆ ਅੱਜ ਲੀਚੀਆਂ ਲੱਗ ਗਈਆਂ ਸਾਡੇ ਇਧਰ ਤੇ ਪਠਾਨਕੋਟ ਦੀਆਂ ਮਸ਼ਹੂਰ ਲੀਚੀਆਂ। ਤੇ ਹੁਣ ਬਈ ਪਿੱਛੇ ਆਪਾਂ ਆਏ ਸੀ ਤੇ ਉਦੋਂ ਆਪਾਂ ਪ੍ਰੋਮਿਸ ਕੀਤਾ ਸੀ ਕਿ ਜਦੋਂ ਲੀਚੀਆਂ ਲੱਗਣਗੀਆਂ ਤੇ ਆਪਾਂ ਉਦੋਂ ਆਵਾਂਗੇ ਤੇ ਉਦੋਂ ਆਣ ਕੇ ਤੁਹਾਨੂੰ ਨਾਲੇ ਬਾਗ ਦਿਖਾਵਾਂਗੇ। ਤੇ ਚਲੋ ਜੀ ਅੱਜ ਚੱਲੀਏ, ਪਹਿਲਾਂ ਇਹ ਪਹੁੰਚ ਗਏ, ਇਹ ਸਾਡੇ ਦੋ ਪ੍ਰਧਾਨ। ਹਾਏ ਹੈਲੋ, ਬੜੇ ਸਾਲੋਂ ਬਾਅਦ ਦਿਖ ਰਹੇ। ਕਿੱਥੇ ਮੈਡਮ ਜੀ, ਕਿੱਥੇ ਆ? ਅੱਛਾ, ਇਹ ਮੈਡਮ ਜੀ ਸਾਡੀ ਆ ਗਈ ਆ ਤੇ ਇਹਨਾਂ ਕੋਲ ਫੁੱਲ, ਇਹਨਾਂ ਕੋਲ ਮਿਹਨਤ ਕਰਵਾਉਣੀ ਆ, ਤੜਵਾਉਣੀਆਂ ਲੀਚੀਆਂ। ਇੱਥੇ ਦੇ ਮੌਜਾਂ ਚੱਲਣ ਡੀਆਂ ਤੁਹਾਡੀਆਂ ਹੈ ਵੀਰ ਜੀ? ਸਤਿ ਸ਼੍ਰੀ ਅਕਾਲ। ਹਾਂ ਪ੍ਰਧਾਨ, ਤੁਸੀਂ ਤਾਂ, ਤੁਹਾਨੂੰ ਮੌਜਾਂ ਲੱਗੀਆਂ ਪਈਆਂ ਹੈ? ਬਾਕੀ ਬਈ ਇਹ ਪਹਿਲਾਂ ਪਹੁੰਚ ਗਏ ਤੇ ਮਿਲ ਲਿਆ ਆਪਣੇ ਭਰਾ ਨੂੰ ਪਹਿਲਾਂ ਹੀ। ਤੇ ਲੀਚੀਆਂ ਦੇਖੋ ਬਈ, ਹੁਣ ਆਪਾਂ ਦਿਖਾਉਂਦੇ ਆ ਤੁਹਾਨੂੰ, ਤੋੜ ਤਾੜ ਲਈਆਂ, ਪਾਣੀ ਲਾਤਾ ਮੀਟਰਾਂ ਦੇ ਬਿੱਲ ਬਣਾਏ ਆ। ਹਾਂ, ਫਰੈਸ਼ਨੈਸ ਦੇਖੋ ਕਿੰਨੀ ਆ। ਬਈ ਇੱਥੇ ਅਸੀਂ ਆਏ ਹਾਂ, ਬੜੀ ਮੌਜ ਲੱਗੀ ਪਈ ਹੈ। ਦੇਖੋ ਇੱਧਰ ਸਾਡੇ ਵਾਲਾਂ ਤੋਂ ਪਤਾ ਲੱਗਦਾ ਕਿ ਕਿੰਨੀ ਹਵਾ ਚੱਲਣ ਡੀ ਤੇ ਕਿੰਨੀ ਠੰਡੀ ਹਵਾ ਚੱਲਣ ਡੀ, ਹਨਾ। ਅੱਛਾ, ਇਹ ਉੱਥੇ ਰਹਿੰਦੇ ਆ? ਅੱਛਾ ਬਈ, ਇਹਨਾਂ ਦੇ ਇੱਥੇ ਰਹਿੰਦੇ, ਸਾਂਭ ਸੰਭਾਲ ਕਰਦੇ ਆ, ਜਿਹਨਾਂ ਦਾ ਸਾਰਾ ਕ੍ਰੈਡਿਟ ਜਾਂਦਾ ਨਾਲ, ਹਨਾ, ਸਾਂਭਣ ਦਾ ਵੀ। ਟੁੱਟ ਤਾਂ ਨਾ ਜਾਊਂਗੀ ਕੁਰਸੀ ਕਿਤੇ, ਮੇਰੇ ਮਜ਼ਾ ਨਾ ਕਿਤੇ ਜਾਂਦੀ ਰਵੇ। ਨਹੀਂ ਕਸ਼ਿਸ਼, ਤੂੰ ਬਹਿ ਜਾ ਉੱਥੇ, ਪਤਲੀ ਆ, ਮੈਂ ਟੁੱਟ ਕੇ ਜਾਈ ਮੇਰੇ ਕੋਲ। ਅੱਛਾ ਬਈ, ਇੱਧਰ ਭਿੰਡੀਆਂ ਵੀ ਵਿਖਾਈਆਂ ਤੁਹਾਨੂੰ, ਇਹਨਾਂ ਦੀਆਂ ਲੱਗੀਆਂ, ਇਹਨਾਂ ਤੋੜ ਲਓ, ਇਹ ਪੱਕ ਗਈਆਂ ਜੇ, ਲੱਗਣ ਡੀਆਂ ਜੇ, ਇਹਨੂੰ ਨਾਲ ਨਾਲ ਤੋੜ। ਕਿੰਨੇ? ਅੱਛਾ, ਇਹ ਤਾਂ ਰੋਜ਼ ਤੀਜੇ ਦਿਨ, ਨਹੀਂ ਤਾਂ ਪੱਕਣ ਡਈ ਆ, ਇਹਨੂੰ ਨਾਲ ਨਾਲ ਲਾ ਲੈਣੀ ਚਾਹੀਦੀ। ਆਹੋ, ਨਹੀਂ ਆਹ ਤੇ ਤੁਹਾਨੂੰ ਬੜਾ ਸੋਕ ਹੈ। ਮੈਂਗੋ ਮੰਗੋ ਲੱਗੇ ਮੰਗੋ। ਇੱਥੇ ਵੇਖੋ ਕਿੰਨਾ ਮਜ਼ਾ ਜੇ ਹੈ, ਸੁਣੋ ਇਹਦੀਆਂ ਦੇਖ ਕਿੰਨਾ ਵਧੀਆ ਸ਼ੋਰੇ ਵਾਲਾ ਹੈ, ਲੱਗਣ ਡੀ ਆ ਏਸੀ ਲਾ ਦੋ ਗੱਡੀ ਚ ਹੁਣ। ਇਹ ਸਾਰੇ ਮੈਂ ਸੁਣੋ, ਇਹ ਸਾਰੇ ਕੀ ਆ, ਅੰਬ ਹੀ ਆ ਕਿ ਨਾ? ਅੱਛਾ, ਇਹ ਸਾਰਾ ਅੰਬ ਆ। ਉਹ ਗੱਡੀ ਮਿਲਣਾ ਤਾਂ ਇੱਦਾਂ ਜਿੱਥੇ ਜਾਣ ਡੀ, ਉੱਥੇ ਪੈਕਿੰਗ ਹੋਣੀ ਹੋਣੀ, ਅਲੱਗ ਅਲੱਗ ਜਗ੍ਹਾ ਤੋਂ ਡੱਬੇ ਇਕੱਠੇ ਕਰਦੇ ਨੇ, ਫਿਰ ਇਹ ਬੰਗਲੋਰ ਜਾਓਗੇ, ਬੰਬੇ ਜਾਓਗੇ, ਕਲਕੱਤੇ ਜਾਓਗੇ, ਇੱਥੇ ਕਹਿੰਦੇ ਹੀ ਜਾਣ ਡੀ ਹੁਣ ਕਲਕੱਤੇ। ਚਲੋ ਬਈ, ਆ ਗਏ ਆਪਾਂ ਲੀਚੀ ਦੇ ਬਾਗ ਜਿੱਥੇ ਇਹਨਾਂ ਦੇ ਤੋੜਨ ਦਾ ਸਾਰਾ ਕੁਛ ਚੱਲਣ ਡੀ ਤਿਆਰੀ। ਏਦਾਂ ਗੱਡੀਆਂ ਲੱਗ ਲੱਗ ਜਾਣ ਡੀਆਂ, ਵੇਖਣ ਨੂੰ ਇੰਨੀ ਸੋਹਣੀ ਲੱਗਣ ਡਈ। ਜਾਣਦੇ ਹੋਰ, ਜਾਣਦੇ ਥੋੜੀ ਜੀ ਹੋਰ, ਉਹਨਾਂ ਦੀ ਕੀ ਹਾਲ ਹੈ? ਬਸ ਵਧੀਆ, ਹੋਰ ਠੀਕ ਠਾਕ। ਅੱਛਾ ਬਈ, ਇੱਥੇ ਹੋਣ ਡਈ ਪੈਕਿੰਗ ਸ਼ੈਕਿੰਗ, ਐਡੀ ਉੱਚੀ ਤਾਂ ਲਾਉਣੀ ਹੈ ਨਾ ਉੱਚੀਆਂ, ਹੈ ਨਾ, ਤਾਂ ਹੀ ਫਿਰ ਇੰਨੀ ਮਹਿੰਗੀ ਮੈਂ ਕਿੱਦੀ ਵਿਕਦੀ ਆ, ਇੰਨੀ ਔਖੀ ਲੈ ਲਾਉਂਦੀ ਆ, ਮਿਹਨਤ ਵੀ ਬੜੀ ਹੈ ਇਹਦੇ ਤੇ, ਮਿਹਨਤ ਖਰਚਾ ਬੜਾ ਨਾ ਤੇ, ਆ ਇੰਨੀ ਲੇਬਰ ਲੱਗੀ ਆਖਰ ਇਹਨਾਂ ਨੂੰ, ਇਹਨਾਂ ਨੇ ਵੀ ਕਿੰਨਾ ਪੈਸਾ ਹੈ, ਖਰਚਾ ਬੜਾ ਪੈਂਦਾ। ਇਹ ਬਈ ਸਾਰੀ ਇਹਨਾਂ ਨੇ ਲੱਗੀ ਆ, ਪਰ ਇਹ ਬੜਾ ਪੈਂਦਾ ਹੋਣਾ ਕੰਮ, ਕਿੰਨੇ ਦਿਨ ਲੱਗਣੇ ਆ? ਇਹ ਹਜੇ 15-20 ਦਿਨ ਲੱਗ ਜਾਣੇ ਤੋੜਦੇ ਆ। ਥੱਲੇ ਵਾਲੀਆਂ ਤੋੜੋ, ਉੱਪਰ ਚੜਨਾ ਔਖਾ।
ਬਈ ਇੱਥੇ ਤੇ ਇੰਨਾ ਨਜ਼ਾਰਾ ਵਾ ਕਿ ਇੰਨਾ ਵਧੀਆ ਲੱਗਣ ਡਿਆ ਵਾ ਇੱਥੇ ਹਨਾ ਸੁਣੋ ਵਧੀਆ ਲੱਗਣ ਡਿਆ ਨਾ ਤੇ ਆ ਵੇਖੋ ਇੱਧਰ ਲੀਚੀ ਮੇਰੇ ਬਿਲਕੁਲ ਲਾਗੇ ਆ ਗਈ ਆ ਹੁਣ ਅਸੀਂ ਇੱਥੇ ਆਏ ਇੱਥੇ ਪਹੁੰਚ ਗਏ ਜਿੱਥੇ ਮੇਰਾ ਹੱਥ ਪਹੁੰਚ ਜੇ ਆਰਾਮ ਨਾਲ ਉਧਰ ਟੁੱਟਣ ਹੀ ਨਹੀਂ ਡੀਆਂ ਇੰਡੀਆਂ ਉੱਚੀਆਂ ਉੱਚੀਆਂ ਲੀਚੀਆਂ ਇੱਥੇ ਮਤਲਬ ਬਣਿਆ ਬਾਗ ਆ ਵੇਖੋ ਇੱਧਰ ਇੱਥੇ ਸਾਡੇ ਪਾਸ ਪਾਸ ਹੈ ਲੱਗਣ ਡਿਆ ਕਿ ਹੁਣ ਬਹੁਤ ਹੀ ਪਾਸ ਹੋ ਗਈਆਂ ਵਾ ਪਰ ਇੰਨੀ ਉੱਚੀ ਚੜ੍ਹਨ ਦਾ ਮੈਨੂੰ ਰਿਸਕ ਲੱਗਦਾ ਕਿ ਨਹੀਂ ਇੰਨਾ ਉੱਚਾ ਨਹੀਂ ਚੜ੍ਹਨਾ ਚਾਹੀਦਾ ਹਾਂ ਖਾ ਸਕਦੇ ਆ ਕਿ ਚਲ ਖਾ ਕੇ ਨਾਲੇ ਟੇਸਟ ਕਰਕੇ ਦੱਸੋ ਉਦਾਂ ਮਾਰ ਤਾਏ ਜੀ ਕਹਿੰਦੇ ਉੱਥੇ ਬਹਿ ਕੇ ਵੀ ਆਣ ਕੇ ਖਾਓ ਭਾਵੇਂ ਨਹੀਂ ਨਹੀਂ ਤੂੰ ਵੀ ਤੋੜ ਕੇ ਦੇ ਕਰੋ ਸਾਰੇ ਜਣੇ ਭਾਭੀ ਆਪ ਤਾਂ ਤੁਸੀਂ ਆਪਣੇ ਬਾਗ ਦਾ ਫਲ ਖਾ ਕੇ ਖਾਓ ਕਿੱਦਾਂ ਦਾ ਟੇਸਟ ਵਧੀਆ ਜਿੱਥੇ ਕੋਈ ਸੁੰਡੀ ਵਗੈਰਾ ਨਾ ਹੋਏ ਪਰ ਇਹ ਵੇਖੋ ਕਿੰਨੀ ਸਾਫ ਆ ਤੇ ਫਰੈਸ਼ ਆ ਨਾ ਇਸ ਕਰਕੇ ਕੋਈ ਟੈਨਸ਼ਨ ਨਹੀਂ ਇਹਦੀ ਜੋ ਬਾਜ਼ਾਰੋਂ ਅਸੀਂ ਲੈਂਦੇ ਨਾ ਉਹਨਾਂ ਦੇ ਵਿੱਚ ਕਈ ਵਾਰੀ ਹੁੰਦੀਆਂ ਤੇ ਉਹ ਅਸੀਂ ਚੈੱਕ ਕਰਦੇ ਆ ਫਿਰ ਮੈਂ ਵੀ ਇੱਕ ਤੋੜ ਕੇ ਵੇਖਾਂ ਹੈ ਕਿੱਦਾਂ ਦਾ ਟੇਸਟ ਹਾਂ ਖੱਟੀ ਲੱਗਦੀ ਆ ਪਰ ਇਹਨੇ ਹਜੇ 2-4 ਦਿਨ ਤੱਕ ਹੋਰ ਮਿੱਠੀ ਹੋ ਜਾਣੀ ਹੈ ਨਾ ਇਹ ਖੱਟੀ ਮਿੱਠੀ ਆ ਇੰਨੀ ਲੇਬਰ ਲੱਗੀ ਉੱਥੇ ਉਹ ਬਿਜ਼ੀ ਆਪਣੇ ਕੰਮ ਦੇ ਵਿੱਚ ਪਰ ਹੈ ਸੱਚੀ ਗੱਲ ਆ ਥੋੜ੍ਹੀ ਥੋੜ੍ਹੀ ਖੱਟੀ ਲੱਗਣ ਡੀ ਪਰ ਇਹ ਕਹਿੰਦੇ ਆ ਕਿ ਇਹਨੇ 1-2 ਦਿਨ ਤੱਕ ਇਹਨੇ ਹੋਰ ਮਿੱਠੀ ਹੋ ਜਾਣਾ ਪਰ ਸਵਾਦ ਬਹੁਤ ਕਿੰਨਾ ਮਜ਼ਾ ਜਿਹਾ ਨਾ ਲੱਗ ਜਾ ਮਜ਼ਾ ਆ ਗਿਆ ਬਈ ਬਾਗ ਦੇ ਵਿੱਚ ਖਾਣ ਦਾ ਅਲੱਗ ਹੀ ਮਜ਼ਾ ਆ ਮੈਂ ਕਹਿੰਦੀ ਉਹ ਉਦੋਂ ਧੁੱਪ ਰਹੇ ਹੋ ਧਿਆਨ ਨਾਲ ਇੱਥੇ ਇੱਥੇ ਮੱਖੀਆਂ ਮੁੱਖੀਆਂ ਤਾਂ ਨਹੀਂ ਹੁੰਦੀਆਂ ਅੱਛਾ ਅੱਛਾ ਆਹੋ ਲੀਚੀ ਦਾ ਵੀ ਇੱਥੇ ਪਠਾਨਕੋਟ ਆਪਾਂ ਜਦੋਂ ਆਓ ਕੋਈ ਜਣਾ ਲੰਘੇ ਹਾਈਵੇ ਦੇ ਉੱਤੇ ਹਨਾ ਆਮ ਹੀ ਸ਼ਹਿਦ ਦੇ ਬਥੇਰੇ ਮਿਲਦੇ ਇੱਥੇ ਸ਼ੀਸ਼ਿਆਂ 'ਚ ਪਾ ਕੇ ਰੱਖੇ ਹੁੰਦੀਆਂ ਉਹ ਸਾਰੇ ਲੀਚੀ ਦੇ ਸ਼ਹਿਦ ਆ ਜਿਹੜਾ ਇੱਥੇ ਮਿਲਦਾ ਮੈਨੂੰ ਤਾਂ ਹੀ ਲੱਗਿਆ ਸੀ ਨਾ ਕਿ ਸ਼ਾਇਦ ਮੱਖੀਆਂ ਨਹਾਉਣ ਇੱਥੇ ਯੋ ਵੀ ਤੂੰ ਤੇ ਆਪਣੀ ਧਿਆਨ ਨਾਲ ਹੀ ਉੱਤੇ ਨਹੀਂ ਚੜ੍ਹਨਾ ਜ਼ਿਆਦਾ ਸੋਹਣੇ ਮੈਨੂੰ ਇਹ ਹੈ ਕਿ ਐਵੇਂ ਬਾਜੂ ਦਾ ਕਿਵੇਂ ਨਹੀਂ ਹੁੰਦਾ ਨਾ ਨਹੀਂ 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 ਪੋਤਾ ਪਈ ਹੋਈ ਪਤਾ ਨੀ ਹੁੰਦਾ ਬਾਂਹ ਮੋੜ ਮੜ ਜਾਂਦੀ ਹੈ ਤੈਨੂੰ ਪਤਾ ਉਹ ਟੇਸਟੀ ਬੜੀ ਆ ਹੈ ਖੱਟੀ ਮਿੱਠੀ ਜੀ ਨਾ ਅਸੀਂ ਉਹ ਵਾਲੇ ਜਿਹੜੇ ਮੇਨ ਭਰੇ ਵਾਲੇ ਬਾਗ ਆਪਾਂ ਉਧਰੋਂ ਪਰਲਾ ਪਾਸਾ ਛੱਡ ਆਏ ਉਹ ਹਜੇ ਉੱਪਰ ਆ ਬਹੁਤ ਉੱਚੀ ਭਰੇ ਵੀ ਇੱਦਾਂ ਹੀ ਤੋੜਦੇ ਆ ਸਾਰੇ ਅਲੱਗ ਅਲੱਗ ਰੈਡ ਰੈਡ ਵਾਲੀ ਤੋੜੋ ਮੇਰੇ ਖਿਆਲ ਨਾਲ ਅਲੱਗ ਅਲੱਗ ਹੈਰੀ ਫੁੱਲ ਨੀਚੇ ਤੋੜਦੇ ਨੀਚੇ ਵਾਲੇ ਰੈਡ ਉਹ ਜਿਹੜੀ ਹੁੰਦੀ ਆ ਥੋੜੀ ਨਹੀਂ ਅਲੱਗ ਅਲੱਗ ਤੋੜਨੀ ਹੁੰਦੀ ਆ ਅਲੱਗ ਅਲੱਗ ਕਿੱਦਾਂ ਮਤਲਬ ਲਾਈਕ ਅਲੱਗ ਅਲੱਗ ਤੋੜ ਰਹੇ ਹੋ ਨਹੀਂ ਅਸੀਂ ਤਾਂ ਆਪਾਂ ਤੋੜਨ ਡੇ ਨਾ ਅਲੱਗ ਅਲੱਗ ਇੱਕ ਪੀਸ ਉਦਾਂ ਥੋੜੀ ਤੋੜਦੇ ਆ ਉਦਾਂ ਤੇ ਪੂਰੀ ਟਾਹਣੀ ਗੁੱਛਾ ਗੁੱਛਾ ਤੋੜਦੇ ਹਾਂ ਚਲੋ ਵਧੀਆ ਮੈਨੂੰ ਤਾਂ ਇੱਥੇ ਘੁੰਮਣਾ ਹੀ ਚੰਗਾ ਲੱਗਣ ਡਿਆ ਵੈਸੇ ਹਨਾ ਚੌਰੇ ਦੇ ਵਿੱਚ ਕਿੰਨੇ ਦਿਨਾਂ ਬਾਅਦ ਆਪਾਂ ਇਹਦੇ ਤੋਂ ਬਾਹਰ ਸੀ ਉਦੋਂ ਬਾਹਰ ਆਏ ਹਾਂ ਸਾਡੇ ਨਾਖਾ ਆ ਅੰਮ੍ਰਿਤਸਰ ਦੀਆਂ ਨਾਖਾ ਨੇ ਬੜੀਆਂ ਨਜ਼ਾਰੇ ਲਏ ਅਸੀਂ ਵੀ ਨਾਖਾ ਦੇ ਤੇ ਬਈ ਹੁਣ ਇੱਕ ਗੱਲ ਵੀ ਸੁਣਦੀ ਤੁਹਾਨੂੰ ਨਾਲ ਬਈ ਇੱਕ ਗੱਲ ਹੋਰ ਸੁਣਾਵਾਂ ਕਿ ਜਦੋਂ ਮੇਰਾ ਵਿਆਹ ਹੋਇਆ ਤੇ ਸਾਡੇ ਉੱਧਰ ਨਾਖਾ ਨੁਖਾ ਬੜੀਆਂ ਚੱਲਦੀਆਂ ਸੀ ਤੇ ਜਦੋਂ ਮੈਂ ਵਿਆਹ ਕੇ ਇੱਧਰ ਆਈ ਤੇ ਇੱਧਰ ਲੀਚੀ ਦਾ ਸਿਸਟਮ ਬੜਾ ਤੇ ਅਸੀਂ ਤੇ ਉੱਧਰ ਆਮ ਹੀ ਲੀਚੀ ਆਈ ਤੇ ਫਰੂਟ ਜਿੱਦਾਂ ਅਸੀਂ ਸਾਡੇ ਆਉਂਦੇ ਹਾਂ ਬਨਾਨਾ ਵਗੈਰਾ ਆਉਂਦੇ ਇੱਦਾਂ ਸਾਡੇ ਲੀਚੀ ਆਉਂਦੀ ਸੀ ਤੇ ਜਦੋਂ ਮੈਂ ਇੱਥੇ ਆਣ ਕੇ ਇਹਨਾਂ ਨੂੰ ਪੁੱਛਿਆ ਕਿ ਮੰਮੀ ਇਹਨਾਂ ਨੂੰ ਕਿ ਮੰਮੀ ਨੂੰ ਪੁੱਛਿਆ ਵੀ ਨਹੀਂ ਮੈਂ ਨੋਰਮਲੀ ਕਿਹਾ ਕਿ ਇਹ ਕਦੋਂ ਹੋਣੀ ਹੈ ਲੀਚੀ ਤੇ ਮੰਮੀ ਕਸ਼ਿਸ਼ ਤੂੰ ਮੇਰੇ ਡਿਸਟਰਬ ਬੜਾ ਕਰਦੀ
मैं मम्मी ने पूछा कि मम्मी लीची है, मम्मी कहते लै तेन पता नहीं है कि इन्ने पढ़े लिखे होने वाले तुम पता नहीं कि लीची अपना केड़े टाइम होंगी है। मैं क्या मैं आप नोट ही नहीं करते, तो फ्रूट खाने वाल ध्यान देने। बाकी बी एक होर गल है कि लीची ओदा कि गर्म होंगी है, पर इनू अही गर्मिया के खाने ते ए भी परमात्मा की देन है कि अंब भी इन्ने गर्म होने के बावजूद भी अही गर्मिया च खान डे कि सिर्फ इस करके कि हाडा बैलेंस बनिया रहे कि जिदा गर्मिया के इन्ना पानी इन्ना खान पीन हाडा चेंज हो जाता वा, तो इस करके वह गर्म चीजा अही खाने एड करते हैं कि जिद कि हाडा बैलेंस हो जाए बॉडी के हीट से जो वाई बन जाती है तो उन्होंने। अच्छा बी इधर देखो, अच्छा आ बी सारा लोड कशिश देते बह के खाओ सारे जने पहले एवलियां तोड़िया। चलो बी आ गई है खाने वास्ते लीची, फ्रैश फ्रैश तोड़ के आई है रेड रेड लीची। हाँ नहीं वधिया आ, अभी उधर कच्ची तोड़ दी ना पहला, थोड़ा खट्टी होन डई है। हाँ खोल, बहुत वधिया है ही, बड़ी वधिया वा। आज हम आम नहीं खा के देखो, आप कच्ची खाए अगे थोड़ी खट्टी खट्टी वाली ने मिठी मिठी है, फर्क है टेस्ट ना। हाँ मतलब थोड़ी जी रेड है मतलब वो ही है ना मिठी है, ये वधिया है ना। हाँ भाई इन्नी टेस्टी मिठी है, क्योंकि आप शायद मेरे ख्याल अं गलत करके बूटे आप ही काली करके अं लै तोड़ लिया, पर वो कच्चिया ही ये जड़िया सब तो वधिया मिठिया। तेन कि मिठी है। चलो भाई अं सची गल थैंक यू वीर जी ताडे करके आप फ्रैश फ्रैश लीची ट्राई की। हाँ नहीं वो तो नहीं, पर मतलब की कहने का मतलब कि हमें मौका मिले कि आप लीची आन के फ्रैश फ्रैश ट्राई की आप खान डे। हाँ बी आ जो बाग है ना ये है जे कि एज है पाल पाल साल का बाग जे मतलब जो लाया पाँ साल पहला लगा ही बाग लाओ ते बाग तो बाद 10 साल बाद फल खाना शुरू कर दो, विकना विकना शुरू हो जाता। सही सही है, इन्हू 50 साल हो गए है बूटे वड्डे हो गए बहुत ज्यादा। जेड़ा उधरले वेखे वेख के ओ किन्ना ही थोड़ी कुछ नहीं होगा ना थले जमीन गर्म गर्म हो ज्यादा गर्म है डैडी ने आहो लाया वा, वो बड़ा टाइम लगूगा जे 10 साल हो जाना। कितने साल हो गए डैडी ने लाया ना उन्हें? साल डेढ़ साल साल हाँ हम अजे 2 साल हो कि टाइम लगना अजे 5-7 साल बहुत टाइम लगना इधर अजकल सोल बच्चे इधर आने अपने चेहरा दिखा, इधर शिक्का मार मार के बुरा हाल है। नहीं यार मैं मजे से सॉरी सी घर के मम्मा ने उठा दिया। हां मम्मा ने उठा दिया, देखो ये जेड़ा एसीयां दी आता पईयां ना पता है अवलियां फ्रेशनेस पहला ही बूटे थल्ले ही बैंदे दे सारे इत्थे गड़बड़ तो सही सी उधर बंबी लग गई है ना मोटर चलन डई ही, ये है कि उदा अंदर हैगा वधिया लगदा पर इत्थे आण के पर उन्नी हवा नहीं ना चलदी उधर हवा चलन डई ही बंबी दे ते। आ भई जेड़े लीचियां तोड़न वाले उहनां दी शेड देखो भई जगाड़ इतने मतलब बंदे रेंदे इधर जनानी इन्होंने लोकल लेंदे इतों जेडे काम कर दिया इन्हों का रोटी पानी सारा कुछ। अच्छा तंदूर लाया फोन किता तैयार, अच्छा आ वधिया है देखो बई इन्हों वास्ते तंदूर तैयार करते हूँ ताजा तैयार करते है साफ सफाई वेखो कि सारा कुछ।
देख पानी पुनी का भी जुगाड़ कि रोटी पानी का आ तो बंद जा रहे हैं वैसे 2 मिनट बटन चला के बंद कर दियो बाकी इन दा हां रोटी पानी तीन टाइम खाना आओ ते वधिया है ना चटनी बन गई अच्छा अच्छा आंब खड़दे आंब किथे कच्चे ए चटनियां बन आंब खड़दे आ ले जाओ चटनी जोगे मैं तो परसों पड़े अच्छा आओ चटनी जोगे बंदा कर ले पुदीना मैं रखया ही हां इन दा पैकिंग दा सामान जिथे डब्बे पैक हो ओ जान दे लीचियां दे वधिया वधिया है हाँ बढ़िया टॉर्चा रखी बस इतने आ कमरा ही है एक पक्का जड़ा वा बाकी सारा टेंपरेरी पर ये कि घर ही बनाया पाया वा पूरा नहीं नहीं बहुत वधिया अरे लागे लागे ही बिलकुल ही तुम तो नाल ही मैच कर डे जी पिंक 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 ए फर्क है चलो बी हूं घूम फिर लिया पूरा बागा मस्ती मार ली हूं चलिए अपने घर नु मेहनत करके बी किन्ना पैडा पुट गए किन्ने किलोमीटर की 2 किलोमीटर है हाँ। देखो पहली मीटर लगे डे हिसाब ला लो कि अपना हालात साडे बच्चे दे हुण की हो गया सच्ची गल है देख आप उधर आए ना सेंटर नहीं बड़ी दूर ही आप इधर नु आए गड्डी घुमा गए 2 किलोमीटर तक लगता है2 किलोमीटर लगन डे मेरा पुत चल के आया वा 2 किलोमीटर ही लगना पुत 2 किलोमीटर ही होना वा मतलब चलो बी इस करके हम प्यो गड्डी इस करके 200 मीटर लगन डे पुत पैदल आवन डे 2 किलोमीटर लगन डे वे इस करके भी चलो हम आप चले घर वापसी अपने इन्हों का हम डिसाइड नहीं हो सकता क्योंकि हम वापस आप भेजा गे नहीं चलो बी ओके जी बाय बाय अच्छा उधर ओनू होर भी बड़ा कुछ दिखन डिया चलो जी ओके जी बाय।